इन्नी की साड़ी उदो चढ़ाई होंदी सी भी लोगों ने साडे जिहड़े मैच खेडण जाणा जी भी फलाने का टूरनामेंट आ भी सानू शाम नू साडे बंदे ने घरे आ जाणा भी फलाने का खेडणा वा। ਕਿ ਜਿਹੜਾ ਇੰਨਾ ਨਿਘਾਰ ਹੈਗਾ ਇਹ ਤੁਹਾਡੇ ਵੇਲੇ ਹੁੰਦਾ ਸੀ ਇਸ ਤਰ੍ਹਾਂ ਦਾ ਵੀ ਨਸ਼ੇ ਕਰਕੇ ਖੇਡਣਾ ਜਾਂ ਟੀਕੇ ਲਾ ਕੇ ਖੇਡਣਾ? ਸਾਡੇ ਵੇਲੇ ਜੀ ਸਾਡੇ ਵੇਲੇ ਕਬੱਡੀ ਕੁਛ ਹੋਰ ਸੀਗੀ ਜੀ, ਹੁਣ ਕਬੱਡੀ ਕੁਛ ਹੋਰ ਆ। ਪਲੇਅਰਾਂ ਨੂੰ ਚਾਹੀਦਾ ਵਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ, ਸਾਫ਼ ਸੁਥਰੀ ਗੇਮ ਖੇਡੋ, ਖੁਰਾਕ ਖਾਓ, ਕਬੱਡੀ ਖੇਡੋ। ਆਪਾਂ ਕਬੱਡੀ ਨੂੰ ਕਿਉਂ ਬਦਨਾਮ ਕਰਨ ਲੱਗੇ? ਜਦੋਂ ਟੂਰਨਾਮੈਂਟ ਹੋਇਆ ਜੀ ਸਾਡੇ ਜੀ, ਉਹ ਮੈਨੂੰ ਕਹਿੰਦੇ ਵੀ ਤੈਨੂੰ ਬੁਲਟ ਲੈ ਕੇ ਦੇਣਾ। ਮੈਂ ਮੈਨੂੰ ਬੁਲਟ ਨਾ ਲੈ ਕੇ ਦਿਓ, ਕਿ ਬੁਲਟ 'ਚ ਮੈਂ ਤੁਸੀਂ ਤਾਂ ਮੈਨੂੰ ਬੁਲਟ ਲੈ ਦਿਓਗੇ, ਮੈਂ ਤੇਲ ਕਿੱਥੋਂ ਪਵਾਊਂਗਾ 'ਚ? ਕੱਲ੍ਹ ਨੂੰ ਮੈਂ ਤੁਸੀਂ ਬੁਲਟ ਦੇਤਾ, ਮੈਂ ਉੱਥੇ ਖੜਾ ਹੋਇਆ ਕਿਤੇ ਅਗਲੇ ਨੇ ਕਹਿਣਾ ਆਹ ਖੜਾ ਬੁਲਟ ਲਈ ਸਮਾਨ, ਦੇਖ ਲਓ ਇਹਨੂੰ ਸਮਾਨ ਕੀਤਾ ਸੀ, ਹੁਣ ਸਾਲੇ ਤੋਂ ਤੇਲ ਵੀ ਨਹੀਂ ਪੈਂਦਾ। ਮੈਂ ਕਿਹਾ ਮੈਨੂੰ ਉਹ ਜਿਹਾ ਮੋਟਰਸਾਈਕਲ ਦਿਓ ਜਿਹੜਾ ਮੈਂ ਲੁਧਿਆਣੇ ਤੋਂ 100 ਰੁਪਏ 'ਚ ਮੁੜਿਆ ਵਾ, ਨਾ ਤਾਂ ਹੁਣ ਮੇਰਾ ਕੰਮ ਵੀ ਸੁੱਟ ਗਿਆ ਜੀ ਸਾਰਾ ਕੁਛ, ਨਾ ਤਾਂ ਮੈਨੂੰ ਘਰੇ ਆਮਦਨ ਆ ਕੋਈ, ਜ਼ਿਆਦਾ ਹੀ ਪ੍ਰੋਬਲਮ ਹੋ ਗਈ ਜੀ, ਥੋੜ੍ਹੀ ਨਹੀਂ ਹੈਗੀ, ਬਸ ਪੁੱਛੋ ਹੀ ਨਾ, ਜ਼ਿਆਦਾ ਕੰਮ ਹੋ ਗਿਆ ਜੀ, ਸਿਰ ਤੋਂ ਪਾਣੀ ਵਗਣ ਵਾਲਾ ਕੰਮ ਹੀ ਹੋ ਗਿਆ। ਜੇ ਮੇਰੇ ਯਾਰ ਮਿੱਤਰ ਨਾ ਹੁੰਦੇ ਮੈਂ ਮਰ ਜਾਂਦਾ ਹੁਣ ਨੂੰ ਜੀ। ਡਰ ਤਾਂ ਰਹਿੰਦਾ ਹੀ ਆ ਮਨ 'ਚ ਵੀ ਕੱਲ੍ਹ ਇਹਨਾਂ ਦੇ ਜਵਾਕਾਂ ਦੇ ਸੱਟ ਵੱਜੀ ਕਿਤੇ ਵੀ ਮੇਰੇ ਕੋਲ ਬੈਠੇ ਰਹਿਣ, ਪਰ ਜੇ ਖੁਰਾਕ ਵਧੀਆ ਹੋਵੇ ਜੀ ਬੱਚੇ ਫਿਰ ਖੇਡੀ ਜਾਂਦੇ ਰਹਿੰਦੇ ਆ, ਹੁਣ ਖੁਰਾਕ ਵੀ ਨਹੀਂ ਹੈ ਜਵਾਕਾਂ ਨੂੰ, ਬੱਚਿਆਂ ਨੂੰ ਦੇਣ ਨੂੰ ਕੀ ਹੈ ਜੀ, ਕੁਛ ਵੀ ਨਹੀਂ ਹੈ। ਅਤੇ ਖਰਚਾ ਕਾਫੀ ਆ ਜਾਂਦਾ ਹੁਣ? ਖਰਚਾ ਜੀ ਮੇਰੇ ਇੱਕ ਟਾਈਮ ਦਾ ਖਰਚਾ ਸੀਗਾ ਜੀ ਦਵਾਈ ਦਾ 10,000 ਰੁਪਈਆ ਸੀਗਾ ਜੀ, ਮੈਂ ਗੱਡੀ ਦੇ ਵੱਖਰੇ ਜੀ। DBL ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਰੂਪ ਹਠੂਰ ਹੋਣਾ ਕੋਲ, ਜਿਹੜੇ ਬੰਦਿਆਂ ਨੇ ਕਬੱਡੀ ਉਸ ਦੌਰ 'ਚ ਦੇਖੀ ਹੈ ਜਦੋਂ ਔਨਲਾਈਨ ਦਾ ਜ਼ਮਾਨਾ ਨਹੀਂ ਸੀ ਹੁੰਦਾ, ਜਦੋਂ ਕਬੱਡੀ ਲਾਈਵ ਨਹੀਂ ਸੀ ਹੁੰਦੀ, ਅਤੇ ਉਸ ਸਮੇਂ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਾਰੀਆਂ ਪੁਰਾਣੀਆਂ ਯਾਦਾਂ ਰੂਪ ਹਠੂਰ ਦੇ ਨਾਂ ਨਾਲ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਤਾਜ਼ੀਆਂ ਹੋ ਗਈਆਂ ਹੋਣਗੀਆਂ। ਅੱਜ ਅਸੀਂ ਉਹਨਾਂ ਕੋਲ ਆਏ ਹਾਂ ਤਾਂ ਉਹਨਾਂ ਤੋਂ ਇਹ ਜਾਣਨ ਲਈ ਆਏ ਹਾਂ ਕਿ ਕਬੱਡੀ ਖਿਡਾਰੀ ਦਾ ਜਦੋਂ ਕੈਰੀਅਰ ਦਾ ਅੰਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਕੀ ਵਾਪਰਦਾ? ਅਤੇ ਜੇ ਬਾਈ ਆਪਾਂ ਰੂਪ ਹੋਣਾ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਿਸਮਤ ਨੇ ਜਿੰਨਾ ਇਹਨਾਂ ਦਾ ਖੇਡਣ ਵੇਲੇ ਸਾਥ ਦਿੱਤਾ, ਉਹਨਾਂ ਖੇਡਣ ਤੋਂ ਬਾਅਦ ਇਹਨਾਂ ਨੂੰ ਓਨਾ ਹੀ ਜ਼ਿਆਦਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਕੀ ਇਹਨਾਂ ਦੀ ਕਹਾਣੀ ਹੈ, ਕੀ ਇਹਨਾਂ ਦੀ ਕਹਾਣੀ ਦੇ ਵਿੱਚ ਚੜ੍ਹਤ ਦੀਆਂ ਗੱਲਾਂ ਨੇ, ਕੀ ਇਹਨਾਂ ਦੀ ਕਹਾਣੀ ਦੇ ਵਿੱਚ ਦਰਦ ਹੈ, ਉਹ ਸਾਰੀਆਂ ਗੱਲਾਂ ਬਾਈ ਰੂਪ ਹੋਣੀ ਆਪ ਤੁਹਾਡੇ ਨਾਲ ਸਾਂਝੀਆਂ ਕਰਨਗੇ। ਬਾਈ ਰੂਪ ਸਵਾਗਤ ਹੈ ਤੁਹਾਡਾ DBL ਤੇ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਸਭ ਤੋਂ ਪਹਿਲਾਂ ਇਹ ਦੱਸੋ ਜਿਹੜੀ ਇਹ ਤੁਹਾਡੀ ਪੁਜੀਸ਼ਨ ਹੈ ਹੁਣ, ਜਿਹੜੀ ਸਿਹਤ ਦੀ ਤੁਹਾਨੂੰ ਪ੍ਰੋਬਲਮ ਆਈ ਹੈ, ਇਹ ਕਦੋਂ ਤੋਂ ਤੁਹਾਨੂੰ ਸ਼ੁਰੂ ਹੋਈ ਹੈ? ਮੈਨੂੰ ਵੀਰੇ ਸਾਲ ਹੋ ਗਿਆ, ਮੈਂ ਸਾਲ ਹੋ ਗਿਆ ਮੈਨੂੰ ਪਏ ਨੂੰ ਮੰਜੇ 'ਤੇ, ਵੀ ਜ਼ਿਆਦਾ ਹੋ ਗਿਆ ਰੀੜ੍ਹ ਦੀ ਹੱਡੀ ਨੂੰ TB ਹੋਣ ਕਰਕੇ ਮੇਰਾ ਸਰੀਰ ਵੀ ਕਮਜ਼ੋਰ ਹੋ ਗਿਆ, 95-96 ਕਿਲੋ ਭਾਰ ਹੁੰਦਾ ਸੀਗਾ, ਇਸ ਵਕਤ 60 ਕਿਲੋ ਭਾਰ ਰਹਿ ਗਿਆ ਸਾਰਾ, ਤੁਰਨ ਫਿਰਨ 'ਚ ਵੀ ਪ੍ਰੋਬਲਮ ਆਉਂਦੀ ਆ, ਤੁਰਿਆ ਫਿਰਿਆ ਵੀ ਨਹੀਂ ਜਾਂਦਾ, ਬਸ ਆਹੀ ਚੱਕਰ ਆਈ, ਹੋਰ ਤਾਂ ਕੋਈ ਗੱਲਬਾਤ ਨਹੀਂ ਹੈਗੀ। ਅਤੇ ਇਹ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਇਹਦਾ ਹੱਲ ਹੈਗਾ? ਹੱਲ ਹੈਗਾ ਜੀ, ਡਾਕਟਰ ਕਹਿੰਦੇ ਵੀ ਦਵਾਈ ਖਾਣੀ ਪੈਣੀ ਆ 2 ਸਾਲ ਹੋਰ, ਸਾਲ ਤਾਂ ਮੈਨੂੰ ਹੋ ਗਿਆ, ਸਾਲ ਹੋਰ ਖਾਣੀ ਪੈਣੀ ਆ। ਅਤੇ ਇਹਦੇ 'ਤੇ ਖਰਚਾ ਵੀ ਕਾਫੀ ਆ ਗਿਆ ਹੁਣ? ਖਰਚਾ ਤਾਂ ਜੀ ਮੇਰੇ 1,60,70,000 ਰੁਪਈਆ ਆ ਗਿਆ ਜੀ ਹੁਣ ਤੱਕ। ਅਤੇ ਇਹ ਸੱਟ ਕਿਵੇਂ, ਇਹ ਤੁਹਾਡੀ ਕਬੱਡੀ ਖੇਡਦਿਆਂ ਦੇ ਲੱਗੀ ਸੀ ਕਿਵੇਂ? ਇਹ ਕਬੱਡੀ ਮੈਂ ਜੀ ਉੱਥੇ ਅਸੀਂ ਕੰਡਾ ਵਾਲੇ ਖੇਡਦੇ ਸੀਗੇ ਜੀ, ਉੱਥੇ ਮੇਰੇ 'ਤੇ ਸਾਡੇ ਪਿੰਡ ਦਾ ਮੁੰਡਾ ਜੀ ਡਿੱਗ ਪਿਆ ਸੀਗਾ ਉੱਤੇ ਖੜ੍ਹੇ 'ਤੇ, ਮੈਨੂੰ ਧੱਕਾ ਮਾਰਤਾ, ਉਹ ਪਿਛਲੇ ਪਾਸੇ ਖੜ੍ਹਾ ਸੀਗਾ, ਉਹੀ ਮੇਰੇ ਉੱਤੇ ਡਿੱਗ ਪਿਆ ਸੀਗਾ, ਉਹਦੇ ਕਾਰਨ ਹੀ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਜ਼ਿਆਦਾ ਹੋ ਗਈ। ਅਤੇ ਉਹ ਸੱਟ ਤੁਹਾਡੇ ਖੇਡਦਿਆਂ 'ਤੇ ਲੱਗੀ ਅਤੇ ਹਾਂਜੀ ਹੁਣ ਵੱਧ ਗਈ ਜਾ ਕੇ ਜਾਂ ਕੀ? ਉਦੋਂ ਤਾਂ ਲੋਟ ਹੋ ਗਿਆ ਸੀ, ਮੈਂ ਦੋ ਤਿੰਨ ਮਹੀਨੇ ਦੇ ਵਿੱਚ ਬਚੀ, ਅਤੇ ਹੁਣ ਜ਼ਿਆਦਾ ਹੋ ਗਈ ਜੀ, ਫਿਰ ਉਹ ਹੁਣ ਮੇਰੇ TB ਬਣ ਗਈ ਨਾ ਜੀ ਉੱਥੋਂ। ਦਵਾਈ ਕਿੱਥੋਂ ਚੱਲਦੀ ਤੁਹਾਡੀ? ਦਵਾਈ ਚੱਲਦੀ ਜੀ ਮੇਰੀ ਫਰੀਦਕੋਟੋਂ। ਅਤੇ ਖਰਚਾ ਕਾਫੀ ਆ ਜਾਂਦਾ ਹੁਣ? ਖਰਚਾ ਜੀ ਮੇਰੇ ਇੱਕ ਟਾਈਮ ਦਾ ਖਰਚਾ ਸੀਗਾ ਜੀ ਦਵਾਈ ਦਾ 10,000 ਰੁਪਈਆ ਸੀਗਾ ਜੀ, ਆਹ ਗੱਡੀ ਦੇ ਵੱਖਰੇ ਜੀ। ਮਤਲਬ ਇੱਕ ਵਾਰੀ ਜੇ ਤੁਸੀਂ ਲੈਣ ਜਾਂਦੇ ਹੋ ਤਾਂ 10,000 ਰੁਪਏ? ਹਾਂਜੀ ਹਾਂਜੀ, ਗੱਡੀ ਦਾ ਵੱਖਰਾ ਸੀਗਾ ਜੀ। ਮਤਲਬ 20,000 ਰੁਪਇਆ ਤੁਹਾਡਾ ਮਹੀਨੇ ਦਾ ਲੱਗ ਜਾਂਦਾ ਦਵਾਈ ਦਾ, ਬਾਕੀ ਆਉਣ ਜਾਣ ਦਾ? ਆਉਣ ਜਾਣ ਦਾ। ਹਾਂਜੀ। ਅਤੇ ਘਰ ਦੀ ਕਬੀਲਦਾਰੀ ਜਿਹੜੇ ਖਰਚੇ ਨੇ ਉਹ ਅਲੱਗ ਨੇ? ਉਹ ਅਲੱਗ ਜੀ, ਵੱਖਰੇ ਆ ਬਸ, ਘਰ ਦਾ ਵੀ ਆਉਣਾ ਆ ਜੀ, ਤੁਹਾਨੂੰ ਪਤਾ ਹੀ ਆ ਜੀ, ਫਿਰ ਜਦੋਂ ਬੰਦਾ ਬਿਮਾਰ ਹੋ ਜਾਂਦਾ ਘਰ ਦਾ ਵੀ ਰੁਝੇਵ ਖਰਾਬ ਹੀ ਹੋ ਜਾਂਦਾ, ਹੁਣ ਬੱਚੇ ਖੇਡਦੇ ਇਹਨਾਂ ਦਾ ਬੱਚਿਆਂ ਨੂੰ ਕੁਝ ਦਿੱਤਾ ਜਾਂਦਾ ਜੀ ਖੁਰਾਕ ਪਾਣੀ, ਹੁਣ ਤਾਂ ਆਪਦਾ ਹੀ ਚੱਲਦਾ ਜੀ, ਬਸ ਦਵਾਈ ਦਾ ਹੀ ਆ ਵੀ ਦਵਾਈ ਦਾ ਫਿਕਰ ਲੱਗਿਆ ਰਹਿੰਦਾ, ਦਵਾਈ ਲੈ ਕੇ ਆਉਣੀ। ਅਤੇ ਰੋਟੀ ਪਾਣੀ ਕਿਵੇਂ ਚੱਲਦਾ ਫਿਰ? ਰੋਟੀ ਪਾਣੀ ਚੱਲੀ ਜਾਂਦਾ ਵਧੀਆ ਜੀ, ਬਸ ਕਿਵੇਂ ਜਿਹਾ ਜਿਹਾ ਹੁੰਦਾ ਖਾ ਲਈਦਾ ਜੀ, ਬਸ ਹੋਰ ਕੀ। ਇਹ ਤਾਂ ਤੁਹਾਡੇ ਬੱਚਿਆਂ ਦੀ ਖੇਡ 'ਤੇ ਵੀ ਅਸਰ ਪਊਗਾ ਜੇ ਉਹਨਾਂ ਨੂੰ ਖੁਰਾਕ ਨਹੀਂ ਮਿਲਦੀ ਫਿਰ? ਬੱਚਿਆਂ ਦੇ ਤਾਂ ਪੈਣੇ ਹੀ ਆ ਜੀ, ਜਦੋਂ ਖੁਰਾਕ ਹੀ ਨਹੀਂ ਮਿਲਣੀ ਉਹਨਾਂ ਨੂੰ ਜੀ, ਫਿਰ ਉਹ ਬੱਚਿਆਂ ਦੇ ਖੇਡ 'ਤੇ ਅਸਰ ਪੈਣਾ ਹੀ ਪੈਣਾ। ਹੁਣ ਮੈਂ ਕਿੱਥੋਂ, ਮੈਂ ਜਿੱਦਾਂ ਪਹਿਲਾਂ ਕਮਾਉਂਦਾ ਹੁੰਦਾ ਫਿਰ ਤਾਂ ਮੈਂ ਕੁਛ ਨਾ ਕੁਛ ਮਾੜਾ ਮੋਟਾ ਪਹਿਲਾਂ ਵੀ ਕਰੀ ਜਾਂਦਾ ਹੁਣ ਵੀ ਕਰੀ ਜਾਣਾ, ਹੁਣ ਮੈਂ ਤਾਂ ਘਰੇ ਪਿਆ ਅਤੇ ਜਵਾਕ ਹੁਣ ਕੀ ਖਾਣਗੇ, ਜਵਾਕ ਵੀ ਰੋਟੀ ਖਾ ਕੇ ਪੈ ਜਾਂਦੇ, ਬਸ ਹੋਰ ਕੀ, ਜਿਹੋ ਜਿਹੀ ਮਿਲਦੀ ਉਹ ਜੀ ਖਾ ਲਈ। ਇਹ ਜਿਹੜਾ ਸਮਾਂ ਹੈਗਾ ਜੀ, ਖਾਸ ਤੌਰ 'ਤੇ ਤੁਸੀਂ ਖਿਡਾਰੀ ਰਹੇ ਹੋ ਵੀ ਕਬੱਡੀ ਵਰਗੀ ਗੇਮ ਦੇ,
ਅਤੇ ਕਬੱਡੀ ਵਾਲੇ ਬੰਦੇ ਨੂੰ ਤਾਂ ਟਿੱਕ ਕੇ ਬੈਠਣਾ ਬਹੁਤ ਮਤਲਬ ਆਪਦੇ ਆਪ 'ਚ ਇੱਕ ਚੁਣੌਤੀ ਹੁੰਦੀ ਹੈ ਅਤੇ ਨਾਲ ਤੁਹਾਨੂੰ ਇੱਕ ਸਰੀਰਕ ਸਮੱਸਿਆ ਵੀ ਹੈ ਅਤੇ ਔਖਾ ਨਹੀਂ ਲੱਗਦਾ? ਔਖਾ ਫੁੱਲ ਹੀ ਲੱਗਦਾ ਜੀ ਵੀਰੇ, ਬਸ ਮਸਾਂ ਮੈਨੂੰ ਮੈਂ ਮਾੜਾ ਜਿਹਾ ਬਾਹਰ ਜਾ ਕੇ ਬਹਿ ਜਾਂਦਾ ਹੁੰਦਾ ਵਾ, ਫਿਰ ਮੈਨੂੰ ਤਾਂ ਪੰਜ ਮਸਾਂ ਵੱਜਦੇ ਨੇ, ਸਾਰੀ ਜੜੀ ਪਾਸੇ ਲਈ ਜਾਣਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਅਤੇ ਮਸਾਂ ਪੰਜ ਵੱਜਦੇ ਜੀ ਮੈਨੂੰ, ਮੈਂ ਬਾਹਰ ਨਿਕਲੇ ਹੁੰਦਾ ਹੁਣ ਪੰਜ ਵਜੇ, ਮੇਰਾ ਭਰਾ ਵਾ ਛੋਟਾ ਉਹ ਮੈਨੂੰ ਮਾੜਾ ਮੋਟਾ ਇੱਧਰ ਉੱਧਰ ਲੈ ਜਾਂਦਾ ਹੁੰਦਾ ਜੀ। ਤੁਰਨ ਫਿਰਨ 'ਚ ਜਾਣੀ ਕੋਈ ਤੁਰਨ ਫਿਰਨ 'ਚ ਤਕਲੀਫ ਆਉਂਦੀ ਹੈ, ਜਿਵੇਂ ਆਪਣਾ ਚੱਕਰ ਆਉਂਦੇ ਜੀ ਮੈਨੂੰ ਤੁਰਨ ਫਿਰਨ 'ਚ, ਜਦ ਸਰੀਰ ਜ਼ਿਆਦਾ ਕਮਜ਼ੋਰ ਹੋ ਗਿਆ ਨਾ ਉਹਦਾ ਕਾਰਨ ਮੈਨੂੰ ਚੱਕਰ ਵਾਲੇ ਆਉਂਦੇ ਜੀ ਤੁਰਦਾ ਜੋ। ਜਿਹੜੇ ਉਹ ਦਿਨ ਸੀਗੇ ਮੈਨੂੰ ਯਾਦ ਹੈ, ਐਜ਼ ਏ ਦਰਸ਼ਕ ਅਸੀਂ ਤੁਹਾਨੂੰ ਤੁਹਾਡੇ ਮੈਚ ਦੇਖਦੇ ਰਹੇ ਹਾਂ, ਵੀ ਤੁਹਾਡੀ ਇੱਕ ਇੱਕ ਰੇਡ ਦੇ ਉੱਤੇ ਦੋ ਦੋ ਤਿੰਨ ਤਿੰਨ ਹਜ਼ਾਰ ਬੰਦਾ ਮਤਲਬ ਪੱਬਾਂ ਭਰ ਹੋ ਜਾਂਦਾ ਸੀ, ਅਤੇ ਹੁਣ ਇਹ ਹੈ ਵੀ ਤੁਹਾਨੂੰ ਮਤਲਬ ਕਿਤੇ ਜਾਣ ਆਉਣ ਲਈ ਵੀ ਤੁਹਾਨੂੰ ਵੇਟ ਕਰਨੀ ਪੈਂਦੀ ਹੈ, ਵੀ ਕੋਈ ਦੋਸਤ ਮਿੱਤਰ ਜਾਂ ਕੋਈ ਘਰ ਦਾ ਬੰਦਾ ਤੁਹਾਨੂੰ ਕਿਤੇ ਲੈ ਕੇ ਜਾਊਗਾ, ਉਹ ਮਤਲਬ ਐਂ ਵੀ ਹੁਣ ਤੁਹਾਨੂੰ ਉਦੋਂ ਕਦੇ ਐਂ ਸੋਚਿਆ ਸੀਗਾ ਵੀ ਕਦੇ ਇਹ ਵੀ ਹਾਲਾਤ ਹੋਣਗੇ ਵੀ ਤੁਹਾਨੂੰ ਮਤਲਬ ਐਂ ਵੀ ਘਰ ਬੈਠਣਾ ਪਊਗਾ? ਨਹੀਂ, ਉੱਦਾਂ ਕਦੇ ਸੋਚਿਆ ਨਹੀਂ ਸੀ, ਉਦੋਂ ਤਾਂ ਬਸ ਖੇਡਣ ਵੱਲ ਧਿਆਨ ਸੀਗਾ, ਜਾਂ ਤਾਂ ਹੁੰਦਾ ਹੀ ਨਹੀਂ ਸੀਗਾ ਵੀ ਮੈਂ ਘਰ ਵੀ ਬੈਠ ਜੂੰਗਾ, ਮੇਰੇ ਸੱਟ ਵੀ ਲੱਗਣੀ ਆ, ਉਦੋਂ ਦਿਮਾਗ 'ਚ ਹੀ ਨਹੀਂ ਸੀ ਇਹ ਗੱਲਾਂ ਦਾ ਜੀ, ਉਦੋਂ ਜਵਾਨੀ ਸੀਗੀ, ਜਵਾਨੀ ਤੌਰ 'ਤੇ ਉਦੋਂ ਜਵਾਨੀ ਤੌਰ 'ਤੇ ਸੱਟ ਵੱਜ ਗਈ, ਮੁੜ ਕੇ ਅੱਜ ਤੱਕ ਉਦੋਂ ਖੁਰਾਕਾਂ ਵੀ ਵਧੀਆ ਸੀਗੀਆਂ ਜੀ, ਆਮ ਖੁਰਾਕ ਹੁੰਦੀ ਜੀ ਹਰੇਕ ਦੇ ਘਰ, ਅਤੇ ਵਧੀਆ ਖੁਰਾਕਾਂ ਖਾਂਦੇ ਸੀਗੇ, ਅਤੇ ਹੁਣ ਯਾਨੀ ਕਿ ਹੁਣ ਮਾੜਾ ਜਿਹਾ ਗੇਮ ਛੱਡੀ ਕਰਕੇ ਥੋੜ੍ਹਾ ਜਿਹਾ ਪ੍ਰੋਬਲਮ ਹੋ ਗਈ ਜੀ, ਨਾ ਹੁਣ ਖੁਰਾਕ ਖਾਧੀ ਜਾਂਦੀ ਆ, ਹੁਣ ਤਾਂ ਮੇਰੇ ਯਾਰ ਮਿੱਤਰ ਹੀ ਆ ਵੀ ਜਿਵੇਂ ਅਮਰੀਕਾ 'ਚ ਬੈਠੇ ਆ, ਕਨੇਡਾ 'ਚ ਬੈਠੇ ਆ, ਨਿਊਜ਼ੀਲੈਂਡ ਬੈਠੇ ਆ, ਇਹ ਮੇਰਾ ਵਧੀਆ ਮਾਣ ਕੀਤਾ ਜੀ ਇਹ ਬੰਦਿਆਂ ਨੇ, ਮੇਰੇ ਪਿੰਡ ਦੇ ਵੀ ਵਿੱਚ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਮੇਰਾ ਮਾਣ ਕੀਤਾ। ਹੁਣ ਪਤਾ ਕੀ ਆ ਜੀ ਵੀਰੇ, ਹੁਣ ਅਗਲਾ ਹੁਣ ਮੇਰੀ ਕਰਦਾ ਤਾਂ ਮੇਰੀ ਹੈਲਪ ਆ, ਹੁਣ ਮੈਂ ਮੇਰੇ ਤਾਂ ਉਨੇ ਕੁ ਤਾਂ ਦਵਾਈ 'ਤੇ ਲੱਗੀ ਜਾਂਦੇ ਆ, ਘਰ ਦਾ ਖਰਚਾ ਵੀ ਚਲਾਉਣਾ, ਫਿਰ ਜਵਾਕ ਵੀ ਖੇਡਦੇ ਆ, ਮਾੜਾ ਮੋਟਾ ਇਹਨਾਂ ਦੇ ਮੂੰਹ 'ਚ ਵੀ ਪਾਉਣਾ ਕੁਛ ਨਾ ਕੁਛ, ਵੀ ਜ਼ਿਆਦਾ ਪ੍ਰੋਬਲਮ ਹੋ ਗਈ ਜੀ, ਬਸ ਪੁੱਛੋ ਹੀ ਨਾ, ਜ਼ਿਆਦਾ ਕੰਮ ਹੋ ਗਿਆ ਜੀ, ਸਿਰ ਤੋਂ ਪਾਣੀ ਵਗਣ ਵਾਲਾ ਕੰਮ ਹੀ ਹੋ ਗਿਆ, ਜੇ ਮੇਰੇ ਯਾਰ ਮਿੱਤਰ ਨਾ ਹੁੰਦੇ ਮਰ ਜਾਂਦਾ ਹੁਣ ਨੂੰ ਜੀ, ਮੇਰੇ ਕੋਲ ਦਵਾਈ ਦਾ ਕੋਈ ਸਾਧਨ ਹੀ ਹੈ ਨਹੀਂ ਸੀਗਾ। ਅਤੇ ਕਦੇ ਕਿਸੇ ਸੰਸਥਾ ਨੇ, ਇੰਨੀਆਂ ਸੰਸਥਾਵਾਂ ਨੇ, ਇੰਨੇ ਕਲੱਬ ਨੇ ਕਬੱਡੀ ਦੇ ਜਾਂ ਸਰਕਾਰਾਂ ਨੇ, ਕਿਸੇ ਨੇ ਸਾਰ ਨਹੀਂ ਲਈ? ਨਾ ਜੀ ਨਾ, ਉਹਨਾਂ ਨੇ ਕੋਈ ਆਪਾਂ ਨੂੰ ਸਾਥ ਨਹੀਂ ਦਿੱਤਾ ਜੀ। ਹੁਣ ਹਾਲਾਤ ਐਂ, ਮੇਰੇ ਕੋਲ ਤਾਂ ਦੇਖੋ ਜੀ, ਮੈਂ ਮਾੜੀ ਨੌਕਰੀ ਕਰਦਾ ਸੀ ਪ੍ਰਾਈਵੇਟ ਆਪਣੇ ਪੰਸਾਬ ਦੇ ਵਿੱਚ, ਅਤੇ ਉਹ 'ਚ ਉਹ ਮੇਰਾ ਸਾਹਿਬ ਸੀਗਾ ਜੀ, ਉਹ ਆਪਣਾ ਉਹਨਾਂ ਦਾ ਕਰਤਾਰ ਸਿੰਘ ਨਾਂ ਵਾ ਜੀ, ਹੈਂਡੀਕਾਪਟ ਨੇ, ਬੜੇ ਬੰਦੇ ਵਧੀਆ ਵਾ, ਉਹਨਾਂ ਨੇ ਮੈਨੂੰ ਫੁੱਲਾਂ ਵਾਂਗੂ ਰੱਖਿਆ। ਹੁਣ ਜਦੋਂ ਹੁਣ ਮੈਂ ਬਿਮਾਰ ਵੀ ਹੋ ਗਿਆ, ਅਤੇ ਜਾਣੀ ਕਿ ਉਹ ਹੁਣ ਵੀ ਮੇਰੀ ਉਹ ਜਾਣੀ ਕਿ ਹੈਲਪ ਕਰਦੇ ਨੇ, ਮੇਰਾ ਹਾਲ ਚਾਲ ਵੀ ਪੁੱਛਦੇ ਆ, ਵੀ ਜਾਣੀ ਕਿ ਉਹ ਮੈਨੂੰ ਉਹ ਗੱਲ ਨਹੀਂ ਬਣਦੀ, ਜਾਣੀ ਕਿ ਨਾ ਤਾਂ ਹੁਣ ਮੇਰਾ ਕੰਮ ਵੀ ਸੁੱਟ ਗਿਆ ਜੀ ਸਾਰਾ ਕੁਛ, ਨਾ ਤਾਂ ਮੈਨੂੰ ਘਰ ਆਮਦਨ ਆ ਕੋਈ, ਜ਼ਿਆਦਾ ਹੀ ਪ੍ਰੋਬਲਮ ਹੋ ਗਈ ਜੀ, ਥੋੜ੍ਹੀ ਨਹੀਂ ਹੈਗੀ। ਉੱਥੇ ਤੁਹਾਨੂੰ ਪੰਸਪ ਵਾਲੇ ਕਿੰਨੀ ਤਨਖਾਹ ਦਿੰਦੇ ਸੀ? ਉਹ ਦੇ ਦਿੰਦੇ ਸੀ ਮੈਨੂੰ ਜੀ ਸਾਢੇ 8,000। ਸਾਢੇ 8,000 ਤਾਂ ਕੁਛ ਵੀ ਨਹੀਂ ਹੁੰਦਾ। ਹਾਂਜੀ ਹਾਂਜੀ ਹਾਂਜੀ, ਉਦੋਂ ਬਾਕੀ ਫਿਰ ਆਇਆ 8,500 ਉਹ ਦੇ ਦਿੰਦੇ ਸੀਗੇ ਜੀ, ਬਾਕੀ ਆਪਣਾ ਮੈਂ ਆਪਣੇ ਕੈਂਪ ਕੋਲ ਬੁਲਾ ਲੈਂਦਾ ਸੀਗਾ ਜੀ, ਟਾਈਮ ਪਾਸ ਹੋਈ ਜਾਂਦਾ ਸੀ ਵਧੀਆ। ਤੁਸੀਂ ਆਪਦੇ ਦੋਨੇ ਮੁੰਡੇ ਕਬੱਡੀ 'ਚ ਪਾਏ ਨੇ, ਅਤੇ ਜਿਵੇਂ ਤੁਸੀਂ ਇੰਨੇ ਸਾਲ ਖੇਡੇ ਹੋ ਨਾ, ਲਗਭਗ ਮੈਨੂੰ ਲੱਗਦਾ 1.5 ਦਹਾਕਾ ਤੁਸੀਂ ਖੇਡਦੇ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਉਹਦੇ 'ਚੋਂ ਮਤਲਬ ਹੁਣ ਜਿੰਨੀ ਤੁਹਾਨੂੰ ਸਟਰਗਲ ਕਰਨੀ ਪੈ ਰਹੀ ਹੈ, ਐਂ ਨਹੀਂ ਤੁਹਾਨੂੰ ਲੱਗਦਾ ਵੀ ਇਹੀ ਟਾਈਮ ਕਿਸੇ ਹੋਰ ਪਾਸੇ ਲਾਇਆ ਹੁੰਦਾ, ਇੱਦੋਂ ਦਾ ਕੋਈ ਕੰਮ ਹੀ ਸਿੱਖਿਆ ਹੁੰਦਾ, ਤੁਸੀਂ ਵੱਧ ਸੌਖੇ ਹੁੰਦੇ ਵੀ ਤੁਸੀਂ ਬੱਚਿਆਂ ਨੂੰ ਵੀ ਉਸੇ ਗੇਮ 'ਚ ਹੀ ਪਾਇਆ ਦੁਬਾਰੇ? ਬੱਚਿਆਂ ਨੂੰ ਆਇਆ ਜੀ, ਵੀ ਬੱਚੇ ਹੁਣ ਅੱਜ ਕੱਲ੍ਹ ਦੇਖ ਲਓ ਤੁਸੀਂ, ਹੁਣ ਤੁਸੀਂ ਸੁਣੀ ਜਾਂਦੇ ਰਹੇ ਨਸ਼ਾ ਚੱਲਿਆ ਵਾ ਜੀ, ਚਿੱਟਾ ਚਿੱਟੇ ਦੇ ਤੌਰ 'ਤੇ ਕੋਈ ਹੋਰ ਨਸ਼ਾ ਆ ਗਿਆ, ਕੋਈ ਫਲਾਨਾ, ਹੁਣ ਬੱਚੇ ਆਏ ਆ ਜੀ, ਬੱਚੇ ਇੱਧਰਲੇ ਲੈਣ 'ਚ ਲੱਗੇ ਵੇ ਆ ਵਧੀਆ, ਸੁਬਹਾ ਜਾਂਦੇ ਆ, ਸ਼ਾਮ ਨੂੰ ਜਾਂਦੇ ਆ, ਪ੍ਰੈਕਟਿਸ ਕਰਦੇ ਆ ਆਪਦੀ, ਪਰ ਆ ਦੂਜੇ ਇਸ ਕੰਮ ਤੋਂ ਬਚੇ ਵੇ ਆ ਜੀ ਹਜੇ ਤੱਕ। ਮੇਰੇ ਥਿਊਰੀ ਇਹੀ ਸੀਗੀ ਵੀ ਬੱਚੇ ਜੇ ਸਪੋਰਟਸ 'ਚ ਪੈ ਜਾਣਗੇ ਤਾਂ ਨਸ਼ੇ ਤੋਂ ਬਚੇ ਰਹਿਣਗੇ ਜੀ। ਪਰ ਜਿਹੜੀ ਕਬੱਡੀ ਹੈ, ਮਤਲਬ ਤੁਸੀਂ ਤਾਂ ਤੁਹਾਡੇ ਵੇਲੇ ਹਜੇ ਉਨਾ ਸ਼ਾਇਦ ਨਹੀਂ ਹੁੰਦਾ ਸੀਗਾ, ਪਰ ਹੁਣ ਤਾਂ ਮਤਲਬ ਕਬੱਡੀ ਦੇ ਵਿੱਚ ਵੀ ਬਹੁਤ ਇਹੋ ਜਿਹੇ ਘਟਨਾਵਾਂ ਹੁੰਦੀਆਂ ਨੇ, ਅਕਸਰ ਹੀ ਦੇਖਿਆ ਜਾਂਦਾ ਜਿੱਥੇ ਟੂਰਨਾਮੈਂਟ ਹੁੰਦਾ, ਟੂਰਨਾਮੈਂਟ ਹੋਣ ਤੋਂ ਬਾਅਦ ਉੱਥੋਂ ਸਰਿੰਜਾਂ ਦੇ ਮਤਲਬ ਐਂ ਵੀ ਬੁੱਕਾਂ 'ਚ ਹੀ ਲੱਭਦੀਆਂ ਨੇ ਸਰਿੰਜਾਂ ਵੀ ਬੁੱਕਾਂ 'ਚ। ਪਲੇਅਰਾਂ ਨੂੰ ਚਾਹੀਦਾ ਵਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ, ਸਾਫ਼ ਸੁਥਰੀ ਗੇਮ ਖੇਡੋ, ਖੁਰਾਕ ਖਾਓ, ਕਬੱਡੀ ਖੇਡੋ, ਆਪਾਂ ਕਬੱਡੀ ਨੂੰ ਕਿਉਂ ਬਦਨਾਮ ਕਰਨ ਲੱਗੇ? ਇਹ ਜਿਹੜਾ ਇੰਨਾ ਨਿਘਾਰ ਹੈਗਾ, ਇਹ ਤੁਹਾਡੇ ਵੇਲੇ ਹੁੰਦਾ ਸੀ ਇਸ ਤਰ੍ਹਾਂ ਦਾ ਵੀ ਨਸ਼ੇ ਕਰਕੇ ਖੇਡਣਾ ਜਾਂ ਟੀਕੇ ਲਾ ਕੇ ਖੇਡਣਾ? ਸਾਡੇ ਵੇਲੇ ਕਬੱਡੀ ਕੁਛ ਹੋਰ ਸੀਗੀ ਜੀ, ਹੁਣ ਕਬੱਡੀ ਕੁਛ ਹੋਰ ਆ। ਸਾਡੇ ਇਸ ਵੇਲੇ ਸੀਗੀ ਕਬੱਡੀ ਸ਼ੌਂਕ ਦੀ, ਸ਼ੌਂਕ ਨਾਲ ਕਬੱਡੀ ਖੇਡਦੇ ਜੀ। ਸਾਡੇ ਵੇਲੇ ਕੋਈ ਨਾਮ ਵੀ ਨਹੀਂ ਹੁੰਦਾ ਸੀਗਾ ਜੀ, 1500 ਹੋ ਗਿਆ ਜੀ, 2000 ਵੱਧ ਤੋਂ ਵੱਧ। ਇੱਕ ਟੂਰਨਾਮੈਂਟ ਜਿੱਤਿਆ ਸੀ ਜੀ ਬੜੂੰਦੀ ਤੋਂ, ਉੱਥੇ 31,000 ਰੁਪਈਆ ਸੀਗਾ ਅਤੇ ਸੋਨੇ ਦਾ ਕੱਪ ਸੀਗਾ, ਅਤੇ ਸਾਨੂੰ ਐਂ ਲੱਗਦਾ ਸੀ ਵੀ ਪਤਾ ਨਹੀਂ ਕਿੰਨੇ ਸਾਡੇ ਲੱਖਾਂ ਦੇ ਹਿਸਾਬ ਨਾਲ ਸਾਡੇ ਕੋਲ ਪੈਸਾ ਆ ਗਿਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿੰਨਾ ਪੈਸਾ ਵੱਧ ਗਿਆ ਉਹਦੇ ਨਾਲ ਜਿੰਨਾ ਪੈਸਾ ਵੱਧ ਗਿਆ ਜੀ, ਉਸ ਹਿਸਾਬ ਨਾਲ ਹੀ ਦੂਜੇ ਪਾਸੇ ਨੂੰ ਦੁਨੀਆ ਤੁਰੀ ਜਾਂਦੀ ਹੈ ਜੀ। ਸਾਡੇ ਵੇਲੇ ਤਾਂ ਕਬੱਡੀ ਬਾਹਲੀ ਸਾਫ਼ ਤੁਰੀ, ਸਾਡੇ ਵੇਲੇ ਤਾਂ ਜੀ ਖੁਰਾਕ ਖਾਣੀ
ਦੁੱਧ ਘਿਓ ਸੀਗਾ ਆਮ ਲੋਕਾਂ ਦੇ ਉਦੋਂ ਦੁੱਧ ਖਾਣਾ ਇਹੋ ਜਿਹੇ ਕੰਮ ਨੂੰ ਤਾਂ ਦੂਜੇ ਪਾਸੇ ਨੂੰ ਮੈਡੀਕਲ ਵਾਲੇ ਪਾਸੇ ਨੂੰ ਤਾਂ ਸਾਡਾ ਹੈ ਹੀ ਨਹੀਂ ਸੀ ਕਿਸੇ ਦਰਜੇ ਵੀ ਨਹੀਂ ਸੀ ਹੁਣ ਤਾਂ ਲੋਕ ਨੇ ਕਬੱਡੀ ਖੇਡਦੇ ਆ ਦੁਕਾਨਾਂ 'ਤੇ ਜਾਂਦੇ ਆ ਕੋਈ ਪ੍ਰੈਕਟਿਸ ਨਹੀਂ ਕਰਦਾ ਕੋਈ ਲੈਣ ਨਹੀਂ ਦੇਣ ਨਹੀਂ ਦੁਕਾਨਾਂ 'ਤੇ ਖੜ੍ਹਦੇ ਆ ਦਸਾਂ ਦਿਨਾਂ 'ਚ ਫੇਰ ਸੈੱਟ ਹੋ ਜਾਂਦੇ ਮੇਰੇ ਕੋਲ ਕੈਂਪ ਲੱਗੇ ਹੁੰਦੇ ਸੀਗੇ ਜੀ ਆ ਸਾਰੇ ਏਰੀਏ 'ਚ ਸਾਰੇ ਮੇਰੇ ਪਲੇਅਰ ਨੇ ਵਧੀਆ ਵਧੀਆ ਪਲੇਅਰ ਸੀ ਸਾਰੇ ਮੁੰਡੇ ਬਾਹਰ ਗਏ ਹੋਏ ਆ ਮੈਂ ਇੰਨੇ ਪਿੰਡਾਂ 'ਚ ਕੈਂਪ ਲਾਇਆ ਵਾ ਪਰ ਮੈਨੂੰ ਐਂ ਨਹੀਂ ਕੋਈ ਬੰਦਾ ਕੋਈ ਕਹਿ ਸਕਦਾ ਵੀ ਬਾਈ ਨੇ ਸਾਨੂੰ ਮੈਡੀਸਨ ਨੂੰ ਵੀ ਕਿਹਾ ਵਾ ਕਿਤੇ ਮੈਂ ਇਸ ਕੰਮ ਤੋਂ ਇੰਨਾ ਡਰਾ ਦਿੰਦਾ ਸੀ ਬੱਚੇ ਨੂੰ ਵੀ ਉਹ ਇਸ ਕੰਮ ਵੱਲ ਝਾਕਦਾ ਨਹੀਂ ਮੈਂ ਤਾਂ ਚੋਰੀ ਕਰਦੇ ਤਾਂ ਕਰੀ ਜਾਣ ਦਿੰਦੇ ਪਰ ਮੇਰੇ ਸਾਹਮਣੇ ਬੰਦਾ ਕੋਈ ਨਾ ਮੈਂ ਕਿਸੇ ਕੈਂਪ 'ਚ ਕਰ ਦਿੰਦਾ ਸੀ ਜੀ ਅਗਲੇ ਨੂੰ ਇਹੀ ਕਹਿਣਾ ਵੀ ਖੁਰਾਕ ਖਾਦਾ ਬਗੇ ਬਸ ਮੇਰੇ ਕੋਲ ਕਿਹੜਾ ਕੋਈ ਜ਼ਮੀਨ ਜਾਇਦਾਦ ਆ ਜੀ ਮੈਂ ਕਬੱਡੀ ਖੇਡੀ ਆ ਜੀ ਪੈਸਾ ਬਣਾਇਆ ਇੱਜ਼ਤ ਖੱਟੀ ਲੋਕਾਂ ਦੀ ਵਾਹਵਾ ਖੱਟੀ ਅਤੇ ਮੈਂ ਘਰ ਵੀ ਬਣਾਇਆ ਮੈਂ ਬੱਚੇ ਵੀ ਪੜ੍ਹਾਏ ਮੈਂ ਘਰ ਦੀ ਕਬੀਲਦਾਰੀ ਵੀ ਚਲਾਉਂਦਾ ਸਿਰਫ ਕਬੱਡੀ ਦੇ ਸਿਰ ਦੇਣ 'ਤੇ ਕਬੱਡੀ ਵੀ ਸਾਰਾ ਕੁਛ ਆ ਮੇਰੇ ਲਈ ਕਬੱਡੀ ਨੇ ਮੇਰਾ ਨਾਮ ਬਣਿਆ ਜੀ ਕਬੱਡੀ ਨੇ ਮੈਂ ਇੱਥੇ ਬੈਠਾ ਤੁਹਾਡੇ ਸਾਹਮਣੇ ਅਤੇ ਜਿਹੜੇ ਤੁਹਾਡੇ ਨਾਲ ਖੇਡਦੇ ਸੀ ਜਾਂ ਤੁਹਾਡੇ ਤੋਂ ਕੋਚਿੰਗ ਲੈ ਕੇ ਬਾਹਰ ਸੈੱਟ ਹੋ ਗਏ ਜਾਂ ਕੋਈ ਸਰਕਾਰੀ ਨੌਕਰੀ 'ਤੇ ਲੱਗ ਗਿਆ ਕੋਈ ਪੁਲਿਸ 'ਚ ਹੋ ਗਿਆ ਕੋਈ ਕਿਸੇ ਮਹਿਕਮੇ 'ਚ ਹੋ ਗਿਆ ਉਹਨਾਂ ਨੇ ਤੁਹਾਡੀ ਕਦੇ ਮਦਦ ਕੀਤੀ ਹੈ ਜਾਂ ਸੰਕਟ ਤੋਂ ਬਾਅਦ ਕੀਤੀ ਹੈ ਹਾਂ ਜੀ ਹਾਂ ਬੜੀ ਵਧੀਆ ਪਲੇਅਰਾਂ ਨੇ ਮਦਦ ਕੀਤੀ ਹੈ ਜੀ ਜਿਵੇਂ ਆਪਣਾ ਰੈਕੋਰਡ ਤੋਂ ਮੁੰਡਾ ਗਿਆ ਵਾ ਗੱਗੂ ਇੱਕ ਉਹ ਵੀ ਬਾਹਰ ਆ ਜੀ ਸੌਰ ਤੋਂ ਗਿਆ ਵਾ ਮੁੰਡਾ ਗਗਨਾ ਉਹ ਵੀ ਬਾਹਰ ਆ ਜੀ ਉਹਨਾਂ ਨੇ ਵੀ ਮੇਰੀ ਹੈਲਪ ਕਰੀ ਆ ਵਧੀਆ ਵਧੀਆ ਪਲੇਅਰਾਂ ਨੇ ਮੇਰੀ ਹੈਲਪ ਕਰੀ ਹੈ ਜੀ ਜਿਵੇਂ ਸਿਮਰਜੀਤ ਆ ਜੀ ਗਾਗੇ ਵਾਲਾ ਦਾ ਮੁੰਡਾ ਉਹਨੇ ਮੇਰੀ ਹੈਲਪ ਕੀਤੀ ਹੈ ਜੀ ਕਨੇਡਾ 'ਚੋਂ ਕਾਫੀ ਮੁੰਡੇ ਆ ਜਿਵੇਂ ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਜੀ ਅਮਰੀਕਾ 'ਚ ਨੇ ਉਹਨਾਂ ਨੇ ਕਿਹਾ ਸੀ ਵੀ ਕਿਸੇ ਦਾ ਨਾਂ ਨਾ ਲਿਓ ਅਮਰੀਕਾ 'ਚ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜੀ ਦੋ ਮੁੰਡੇ ਮੇਰੇ ਫਰੈਂਡ ਆ ਮੇਰੇ ਨਾਲ ਪੜ੍ਹਦੇ ਉਹਨਾਂ ਨੇ ਮੇਰੀ ਬਹੁਤ ਬੰਦਿਆਂ ਨੇ ਹੈਲਪ ਕੀਤੀ ਹੈ ਜੀ ਮੇਰੇ ਪਿੰਡ 'ਚੋਂ ਦੋ ਮੁੰਡੇ ਜੀ ਉਹਨਾਂ ਨੇ ਅੰਬਿਕੇ ਪਰਿਵਾਰ 'ਚੋਂ ਮੇਰੀ ਹੈਲਪ ਕੀਤੀ ਹੈ ਜੀ ਇੱਕ ਚੇਅਰਮੈਨਾਂ ਦੇ ਪਰਿਵਾਰ 'ਚੋਂ ਮੇਰੀ ਹੈਲਪ ਕੀਤੀ ਹੈ ਵਧੀਆ ਹੈਲਪ ਕੀਤੀ ਹੈ ਸਾਰੇ ਬੰਦਿਆਂ ਨੇ ਮਤਲਬ ਉਹ ਤੁਹਾਡੇ ਸਰਕਲ ਵਾਲੇ ਜਿਹੜੇ ਬੰਦੇ ਨੇ ਜਿਨ੍ਹਾਂ ਦਾ ਜਿਵੇਂ ਵੀ ਬਾਹਰ ਆ ਉਹ ਤਾਂ ਸੋਚਦੇ ਨੇ ਤੁਹਾਡੇ ਬਾਰੇ ਹਾਂਜੀ ਹਾਂਜੀ ਸਰਕਾਰਾਂ ਨੇ ਜਾਂ ਕਲੱਬਾਂ ਨੇ ਨਹੀਂ ਕਦੇ ਸਰਕਾਰ ਕਲੱਬਾਂ ਨੇ ਨਹੀਂ ਸੋਚਿਆ ਜੀ ਕਦੇ ਵੀ ਹਾਂ ਵੀ ਜਿਹੜੀ ਤੁਸੀਂ ਕਬੱਡੀ ਜਦੋਂ ਤੁਸੀਂ ਖੇਡਦੇ ਸੀ ਨਾ ਪੂਰੇ ਚੜ੍ਹਦੇ ਦੇ ਤੁਹਾਡੇ ਦਿਨ ਸੀ ਹਾਂਜੀ 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 ਕਿਹੋ ਜਿਹੇ ਲੋਕਾਂ ਦਾ ਉਦੋਂ ਤੁਹਾਨੂੰ ਰਿਸਪੌਂਸ ਸੀਗਾ ਅਤੇ ਕਿੱਥੇ ਕਿੱਥੇ ਤੁਸੀਂ ਖੇਡ ਕੇ ਆਏ ਹੋ ਸਾਡੇ ਉਦੋਂ ਕਬੱਡੀ ਜੀ ਵਧੀਆ ਖੇਡਦੇ ਸਾਰੇ ਬੰਦੇ ਵੀ ਜਾਣੀ ਕਿ ਖੇਡੇ ਵੀ ਵਧੀਆ ਜੀ ਹਰਿਆਣੇ ਵੀ ਖੇਡੇ ਹਰਿਆਣੇ 'ਚ ਵੀ ਖੇਡ ਕੇ ਆਏ ਹਾਂ ਸਰਸੇ ਵੀ ਖੇਡੇ ਹਾਂ ਸਾਰੇ ਵਧੀਆ ਖੇਡੇ ਪਰ ਬਾਹਰ ਦਾ ਮੌਕਾ ਨਹੀਂ ਮਿਲਿਆ ਅਸੀਂ ਜਿੰਨੇ ਵੀ ਸਾਡੇ ਗਰਮੀ ਦੇ ਟੂਰਨਾਮੈਂਟ ਸੀਗੇ ਅਸੀਂ ਸਾਰੇ ਜਿੱਤੇ ਹੋਏ ਸਾਡੇ ਜਿਵੇਂ ਕੋਟ ਕੰਗੂਰ ਵਾਲਾ ਹੋਇਆ ਜੀ ਤਲਵੰਡੀ ਧਾਮ ਵਾਲਾ ਹੋਇਆ ਜੀ ਅਤੇ ਆਪਣੇ ਭਿੰਡਰਾਂ ਵਾਲਾ ਹੋਇਆ ਕਿਸ਼ਨਪੁਰੇ ਵਾਲਾ ਸੇਲਪਰਾ ਭੀਖੀ ਇਹ ਸਾਰੇ ਸਾਡੇ ਟੂਰਨਾਮੈਂਟ ਗਰਮੀ ਦੇ ਜਿੱਤੇ ਹੋਏ ਆ ਜੀ ਅਤੇ ਉਦੋਂ ਤਾਂ ਬਸ ਸਾਨੂੰ ਇੰਨਾ ਕੁ ਇੰਨੀ ਕੁ ਸਾਡੀ ਉਦੋਂ ਚੜ੍ਹਾਈ ਹੁੰਦੀ ਸੀਗੀ ਵੀ ਲੋਕਾਂ ਨੇ ਸਾਡੇ ਜਿਹਦੇ ਮੈਚ ਖੇਡਣ ਜਾਣਾ ਜੀ ਵੀ ਫਲਾਣੇ ਦਾ ਟੂਰਨਾਮੈਂਟ ਆ ਵੀ ਸਾਨੂੰ ਸ਼ਾਮ ਨੂੰ ਸਾਡੇ ਬੰਦੇ ਨੇ ਘਰ ਆ ਜਾਣਾ ਵੀ ਫਲਾਣੇ ਦਾ ਖੇਡਣਾ ਵਾ ਇੰਨਾ ਸਾਡੇ ਉਦੋਂ ਰੁਝੇਵ ਹੁੰਦਾ ਸੀ ਜਿੱਥੇ ਵੀ ਆਪਾਂ ਰਿਸ਼ਤੇਦਾਰੀ 'ਚ ਖੇਡਣ ਜਾਣਾ ਫਲਾ ਵੀ ਰਿਸ਼ਤੇਦਾਰੀ 'ਚ ਖੇਡਣਾ ਸਾਡੀ ਵਾਲੀ 'ਚ ਉਹਨਾਂ ਨੇ ਸ਼ਾਮ ਨੂੰ ਕਹਿਣਾ ਵੀ ਕੱਲ੍ਹ ਨੂੰ ਸਾਡੇ ਪਿੰਡ ਸਾਡੀ ਰਿਸ਼ਤੇਦਾਰੀ 'ਚ ਖੇਡ ਕੇ ਆਉਣਾ ਵੀ ਇੱਥੇ ਖੇਡਣਾ ਵਾ ਕੱਲ੍ਹ ਵੀ ਹੋਰ ਨਹੀਂ ਕਿਤੇ ਜਾਣਾ ਅਤੇ ਕੁਛ ਇਹੋ ਜਿਹੀਆਂ ਟੀਮਾਂ ਵੀ ਸੀ ਜਿਹਦੇ ਨਾਲ ਤੁਹਾਨੂੰ ਐਂ ਹੁੰਦਾ ਸੀਗਾ ਵੀ ਫਸਵੇਂ ਮੈਚ ਲੱਗਦੇ ਸੀ ਹਾਂ ਸਾਡੇ ਟੀਮਾਂ ਵਧੀਆ ਸੀਗੀਆਂ ਜੀ ਜਿਵੇਂ ਆਪਣੇ ਅਚਰਾਲ ਹੋ ਗਿਆ ਜੀ ਇਹ ਮੁੰਡਾ ਆਪਣੇ ਅਚਰਾਲ ਦਾ ਸ਼ਿੰਦਾ ਸੀਗਾ ਜੀ ਇਹ ਮੁੰਡਾ ਆਪਣਾ ਅੱਜ ਕੱਲ੍ਹ ਪ੍ਰਮੋਟਰ ਆ ਕਨੇਡਾ 'ਚ ਅਤੇ ਆਪਣਾ ਕੋਲਡ ਹੁੰਦਾ ਸੀਗਾ ਜੀ ਇਹਨਾਂ ਦਾ ਸਾਡਾ ਵਧੀਆ ਮੈਚ ਲੱਗਦਾ ਰਿਹਾ ਜੀ ਫੌਜੀ ਹੁਣੀ ਹੁੰਦੇ ਜੀ ਫੌਜੀ ਸੀਗਾ ਜੀ ਝੱਲੀ ਬਿੱਲਾ ਝੱਲੀ ਵਧੀਆ ਪਲੇਅਰ ਸੀ ਬਲੌਰਾ ਬਾਈ ਮਰ ਗਿਆ ਸਾਡਾ ਉਹ ਵੀ ਖੇਡਦਾ ਹੁੰਦਾ ਸੀ ਉਦੋਂ ਇੱਕ ਤੁਹਾਡੇ ਮੈਚ ਦਾ ਮੈਂ ਵੀ ਗਵਾ ਰਿਹਾਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਇੰਟਰਵਿਊ ਤੋਂ ਬਿਨਾਂ ਹਾਂਜੀ 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 ਪਰਥੇ ਹੋਣੀ ਸੀਗੇ ਤੁਸੀਂ ਸੀਗੇ ਉੱਥੇ ਤੁਹਾਡੀ ਲੜਾਈ ਹੋ ਗਈ ਸੀ ਖੇਡਦਿਆਂ ਦੀ ਹਾਂਜੀ ਹਾਂਜੀ ਇਹ ਅਕਸਰ ਹੀ ਹੁੰਦਾ ਸੀ ਜਦੋਂ ਫਸਵੇਂ ਮੈਚ ਹੁੰਦੇ ਸੀ ਜਾਂ ਕਦੇ ਕਦਾਈ ਹੁੰਦਾ ਸੀ ਇਹ ਕਦੇ ਕਦਾਈ ਹੁੰਦਾ ਸੀਗਾ ਜੀ ਬਸ ਉਹ ਲਫੇੜਾ ਲਫੂੜਾ ਵੱਜ ਜਾਣਾ ਇੱਕ ਦੂਜੇ ਦੇ ਉਦੋਂ ਥੋੜ੍ਹੀ ਗਰਮਾ ਸਰਦੀ ਹੋ ਜਾਂਦੀ ਸੀਗੀ ਵੈਸੇ ਸਾਡੇ ਵੇਲੇ ਤਾਂ ਕੋਈ ਇੰਨਾ ਪਲੇਅਰ ਵਧੀਆ ਮਾਰਦਾ ਵੀ ਨਹੀਂ ਸੀ ਕੋਈ ਸਾਫ਼ ਸੁਥਰੀ ਕਬੱਡੀ ਖੇਡਦੇ ਸੀਗੇ ਅਤੇ ਉਦੋਂ ਬਸ ਇਸੇ ਕਰਕੇ ਲੜਾਈ ਲੜੂਈ ਹੋ ਜਾਂਦੀ ਸੀ ਮਾੜੀ ਮੋਟੀ ਅਤੇ ਜਿਹੜੀਆਂ ਆਹ ਚੀਜ਼ਾਂ ਨੇ ਹੁਣ ਜਿਵੇਂ ਮਾਰਤਾ ਡਾਲਿਆ ਗੋਲੀਆਂ ਚੱਲ ਜਾਂਦੀਆਂ ਨੇ ਹੁਣ ਤਾਂ ਨਾ ਨਾ ਸਾਡੇ ਵੇਲੇ ਨਹੀਂ ਸੀਗਾ ਜੀ ਇੱਕਣੇ ਤਾਂ ਇਹਦਾ ਮੈਂ ਪਰਮਾ ਇਹਨਾਂ ਨੂੰ ਸਾਰਿਆਂ ਨੂੰ ਪਲੇਅਰਾਂ ਨੂੰ ਕਿਹੜੇ ਬਦਮਾਸ਼ ਆ ਜਾਂ ਕੋਈ ਹੋਰ ਆ ਗੈਂਗਸਟਰ ਵਾਲੇ ਆ ਵੀ ਪਲੇਅਰਾਂ ਨੂੰ ਨਾ ਐਸਾ ਕੁਛ ਕਰਨ ਮਾਂ ਕਬੱਡੀ ਖੇਡ ਕਬੱਡੀ ਸਾਡੀ ਇਹ ਆ ਵੀ ਪਲੇਅਰਾਂ ਨੂੰ ਨਾ ਕੁਛ ਵੀ ਹੋਵੇ ਕਰਿਆ ਕਰੋ ਜੇ ਤੁਹਾਡੀ ਉੱਦਾਂ ਨਿੱਜੀ ਕੋਈ ਦੁਸ਼ਮਣੀ ਆ ਜਾਂ ਕੋਈ ਹੋਰ ਆ ਬੰਦੇ ਨੂੰ ਕਹਿ ਦਿਓ ਕਹਿ ਕੇ ਸਮਝਾ ਦਿਓ ਮਾੜਾ ਮੋਟਾ ਕੁੱਟ ਲਓ ਇਹ ਥੋੜ੍ਹੋ ਵੀ ਆਪਾਂ ਗੋਲੀਆਂ ਮਾਰ ਦੇਣੀਆਂ ਜੀ ਪਲੇਅਰਾਂ ਦੇ ਇਹ ਤਾਂ ਮੇਲੇ ਖਤਮ ਹੋ ਜਾਣਗੇ ਸੱਭਿਆਚਾਰਕ ਹੀ ਖਤਮ ਹੋ ਜਾਣਾ ਆਪਣਾ ਜੀ ਮਤਲਬ ਫਿਰ ਤਾਂ ਐਂ ਵੀ ਵਧੀਆ ਪਲੇਅਰ ਬਣਨ ਨੂੰ ਲੋਕ ਡਰਨ ਲੱਗ ਜਾਣਗੇ ਵਧੀਆ ਪਲੇਅਰ ਤਾਂ ਹਾਂਜੀ ਫਿਰ ਤਾਂ ਕਿਸੇ ਨੇ ਖੇਡਣਾ ਨਹੀਂ ਜੀ ਪਲੇਅਰ ਬਣਨਾ ਕੀ ਆ ਪਲੇਅਰ ਕਿਸੇ ਘਰੋਂ ਨਹੀਂ ਜਾਣ ਦੇਣਾ ਮਾਂ ਪਿਓ ਨੂੰ ਨਹੀਂ ਜਾਣ ਦੇਣਾ ਹੁਣ ਸਾਡੇ ਵੀ ਆਏ ਇਹਨਾਂ ਦੀ ਮਾਂ ਕਹਿੰਦੀ ਰਹਿੰਦੀ ਆ ਵੀ ਤੁਸੀਂ ਜਾਇਆ ਨਾ ਕਰੋ ਆਹ ਮੂਹਰੇ ਹੁੰਦਾ ਵਾ ਉਹ ਹੁੰਦਾ ਪਰ ਮੈਂ ਹੀ ਹਾਂ ਵੀ ਚੱਲ ਕਹਿ ਦੇਣਾ ਕੋਈ ਨਹੀਂ ਖੇਡਿਆ ਉਹ ਯਾਰ ਕੁਛ ਨਹੀਂ ਹੋਣ ਲੱਗਾ
हाँ ये असल थोड़ी जी कुछ चीज़ा ने जिहड़ियां पंजाबियों नूं सिखणियां पैणियां क्योंकि होर बहुत सारियां गेमां ने जिहदे च कबड्डी नालों कितने ज़्यादा पैसा बनता पर उत्थे इहो जी कोई घटना नहीं होंदी। ओह जी कोई घटना नहीं, कबड्डी जी ज़्यादा होंदी है जी, कबड्डी पता नहीं उहना पैसा भी नहीं जिन्ना दूजियां खेडां। हाँ जी हाँ जी हाँ जी, कबड्डी का घट पैसा वा होर गेमां च बहुत ज़्यादा पैसा वा। असल च एक गल जिहड़ी मैनूं लगदी आ शायद थोनों भी लगती हो जे सरकार इस कबड्डी ने जी ओपन कबड्डी है इनू जो सरकार कोई मानता दे ना महकमें दे विच कोई कोटा कोटा हो टूरनामेंट सरकारी उमें होंगे हो क्योंकि ए भी प्लेयर तो बचपन तो ही तैयार होंगे। हाँ जी प्राइमरी स्कूल तो लैके यूनीवर्सिटियां तक जिमें बाकी हाकी के टूरनामेंट होंगे ने हूँ तो क्रिकेट के भी होने लगे। हाँ जी हाँ जी हाँ जी, ये सारी जी कबड्डी है सारी प्राइवेट क्लबों के हाथ ही है। हाँ जी हाँ जी है ना, सारे प्लेयर उन्हें ही डिपेंड ने गे, जो उतों कुछ आमदन आऊगी तो घर चलूगा, जो बाहर जाना है तो भी यही सिस्टम है। बिजली मिलने मतलब जो कबड्डी कप सरकार ने कराए से उदो बिना होर तो कोई सरकार का तो कोई सिस्टम है नहीं है। नहीं नहीं कबड्डी जी कबड्डी नहीं है जी, कोई होर सिस्टम नहीं है। तो जो तुम उदो कित जाते जिमें अजक चलता है बुलट देता अल्टो देती है ना वो ज सोने कड़ा पाता ये थोड़े वेले एडे नाम होंगे सी? नहीं साढ़े वेले तो उदो तो जी इन्ना वधिया नाम वाले बड़े बड़े नाम नहीं होंदे सी, ट्रॉफियां दे दिंदे सीगे जी। तो जो मैं थोड़ा जा होर हो गया सी उदो मैनू मुंडिया ने साढ़े इतने छिंदा कमला उन्होंने मैं बुलट देना सीगा जी, मैंने कहा मैं तेन बुलट देना सी कि मैं कम से कम से मैं सैकल पर जाता हुंदा सीगा जी, उन्होंने कहते मैं देख लिया सैकल पर जाते वो कहते भी तेनों असी मोटरसाइकिल देवे, मैं भी धन्यवाद थोड़ा। फिर जो टूरनामेंट होया साढ़े जी वो मैंने कहते भी तेन बुलट लेके जाना, मैं मैंने बुलट ना लेके दो कि बुलट जो मैं तुम तो मैं बुलट लै दोगे मैं तेल कितों पवाऊंगा उस कल मैं तुम बुलट देता मैं उत्थे खड़ा होया कि अगले ने कहना आ खड़ा बुलट ली समान देख लो समान किया हूँ साले तो तेल भी नहीं पैंदा। मैं क्या मैंने वह जहाँ मोटरसाइकिल दो जो मैं लद्दियाने तो 100 रुपये से मुड़िया वा, मैनू अजे चक सीगा जी उतो मैं सोने की चेनी पाई से इन्होंने चक वाले मुंडे ने, तो होर थावे कई वधिया वधिया सन्मान होए साढ़े इतने जी अपने मैनू एल सी डी दी सी किरण महंता साढ़े इतने अठूर के वधिया ना उन्हों का बहुत वधिया बंदे ने कबड्डी खेडने वेले भी ठीक से कोचिंग भी ठीक। हाँ जी हाँ बीमारी ने सट लिया। हाँ बीमारी ने बस आ बीमार ना हों मैं बड़ा वधिया सीगा जी, बीमारी ने तो मैं ज़्यादा कमजोर करता थोड़ा जहा क्यों अगला पिछला सारा ही याद आने लग गया जी बीमारी नाल, हुण प्यार रहना प्यार सोची जाना जी मैं किवें घर चलूगा किवें जवाक खेडणगे बस आई सोची जाना जी प्या। बस कबड्डी दे विच तुसीं आपदी सारी उम्र लाती है ना 15 साल तुसीं खेडे प्रोफेशनल कबड्डी फिर तुसीं कोचिंग दित्ती 7-8 साल हुण तुसीं आपदे बच्चों नूं भी इधर पाया पर यह है भी थोड़ी 1 साल तो तुहानूं यह प्रॉब्लम आई है ढोई की है ना उहदे नाल ही मतलब थोड़े घर का जिहड़ा मूँह है इधरों उधर हो गया तो ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਬੱਚਿਆਂ ਨੂੰ ਕਿਸੇ ਹੋਰ ਕੰਮ 'ਚ ਪਾਉਣਾ ਚਾਹੀਦਾ ਸੀ? ਨਹੀਂ ਜੀ ਦੇਖੋ ਮੈਂ ਕਬੱਡੀ ਮੈਂ ਵੀ ਕਬੱਡੀ ਖੇਡੀ ਹੈ ਜੀ, ਵਧੀਆ ਨਾਮ ਬਣਿਆ ਵਾ ਕਬੱਡੀ ਦੇ ਸਿਰ 'ਤੇ, ਇਸ ਕਰਕੇ ਮੈਨੂੰ ਅੰਦਰੋਂ ਜਨੂੰਨ ਸੀਗਾ ਵੀ ਮੇਰੇ ਬੱਚੇ ਕਬੱਡੀ 'ਚ ਇਸ ਪਾਸੇ ਪੈਣ ਵੀ ਜੇ ਹੁਣ ਕਬੱਡੀ ਬੱਚੇ ਮੇਰੇ ਇੱਧਰ ਕਬੱਡੀ ਖੇਡਣ ਨਾਮ ਬਣੇ ਵਧੀਆ ਇਹਨਾਂ ਦਾ ਉੱਧਰ ਜਾਣੀ ਕਿ ਕਬੱਡੀ ਵਾਲੇ ਪਾਸੇ ਹੋ ਗਏ ਵੀ ਜਾਣੀ ਕਿ ਮੈਨੂੰ ਮੁੜ ਕੇ ਮੇਰਾ ਅੰਦਰੋਂ ਕਬੱਡੀ ਵਾਲੇ ਪਾਸੇ ਮੈਂ ਪਾ ਦਿੱਤੇ ਵੀ ਉਹਨਾਂ ਮਨ ਨਹੀਂ ਇਸ ਗੱਲ ਨੂੰ ਮੰਨਦਾ ਵੀ ਇਹ ਕਬੱਡੀ ਖੇਡਣ ਕਿਉਂਕਿ ਮੇਰੇ ਕੋਲ ਹੁਣ ਪੂੰਜੀ ਵੀ ਹੈ ਨਹੀਂ ਕੋਈ ਵੀ ਮੈਂ ਜਵਾਕਾਂ ਨੂੰ ਕਿੱਧਰ ਖੜਾਊ ਕੀ ਖਵਾਊਂਗਾ ਅਤੇ ਕੀ ਖਵਾਊਂਗਾ ਜੀ। ਇਹ ਸੋਚ ਜਾਣੀ ਤੁਹਾਡੇ ਦਿਮਾਗ 'ਚ ਹੁਣ ਆਈ ਹੈ ਜਦੋਂ ਤੁਹਾਨੂੰ ਆਹ ਸੰਕਟ ਆਇਆ? ਹਾਂ ਜਦੋਂ ਮੇਰੇ ਦਿਮਾਗ 'ਚ ਜਦੋਂ ਮੇਰੇ ਆਹ ਸੱਟ ਵੱਜ ਗਈ ਉਦੋਂ ਮੈਨੂੰ ਸੋਚਣਾ ਪਿਆ ਵੀ ਮੈਂ ਕਬੱਡੀ ਤੋਂ ਖੱਟਿਆ ਵੀ ਕੀ ਆ ਅਤੇ ਵੀ ਮੈਂ ਜਵਾਕ ਵੀ ਇਸ ਲੈਣ 'ਚ ਪਾ ਤੇ ਵੀ ਮੈਨੂੰ ਬਸ ਹੁਣ ਮੈਨੂੰ ਬਾਹਲਾ ਉਹ ਮਨ 'ਚ ਆਇਆ ਰਹਿੰਦਾ ਵਾ ਵੀ ਜਵਾਕ ਵੀ ਕਬੱਡੀ ਖੇਡਣ ਲੱਗ ਗਏ ਵੀ ਕੋਈ ਆਹ ਸਾਧਨ ਵੀ ਨਹੀਂ ਰਿਹਾ ਵੀ ਇਹਨਾਂ ਨੂੰ ਖੁਰਾਕ ਕਿਵੇਂ ਦੇਵਾਂਗੇ ਕਿਵੇਂ ਨਾ ਦੇਵਾਂਗੇ ਜੀ ਆਹੀ ਚੱਕਰ ਹੋਇਆ। ਬਾਕੀ ਇਹ ਵੀ ਗੇਮ ਇਹੋ ਜਿਹੀ ਹੈ ਵੀ ਜਿਵੇਂ ਤੁਹਾਡੇ ਵੀ ਤਾਂ ਖੇਡਦੇ ਹੀ ਸੱਟ ਲੱਗ। ਹਾਂ ਬਸ ਇਹ ਸੱਟਾਂ ਕਬੱਡੀ ਜੀ ਸੱਟਾਂ ਦਾ ਘਰ ਹੀ ਆ, ਪਹਿਲਾਂ ਸੱਟ ਜੀ ਮੁੜ ਕੇ ਕਬੱਡੀ, ਡਰ ਤਾਂ ਰਹਿੰਦਾ ਹੀ ਆ ਮਨ 'ਚ ਵੀ ਕੱਲ੍ਹ ਇਹਨਾਂ ਦੇ ਜਵਾਕਾਂ ਨੇ ਸੱਟ ਵੱਜ ਗਈ ਕਿਤੇ ਵੀ ਮੇਰੇ ਕੋਲ ਬੈਠੇ ਰਹਿਣ, ਪਰ ਜੇ ਖੁਰਾਕ ਵਧੀਆ ਹੋਵੇ ਜੀ ਬੱਚੇ ਫਿਰ ਖੇਡੀ ਜਾਂਦੇ ਰਹਿੰਦੇ ਆ, ਹੁਣ ਖੁਰਾਕ ਵੀ ਨਹੀਂ ਹੈ ਜਵਾਕਾਂ ਨੂੰ ਬੱਚਿਆਂ ਨੂੰ ਦੇਣ ਨੂੰ ਕੀ ਹੈ ਜੀ ਕੁਛ ਵੀ ਨਹੀਂ ਹੈ। ਇਹ ਸੀਗੇ ਰੂਪ ਹਠੂਰ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ ਤਜਰਬਿਆਂ ਰਾਹੀਂ ਸਾਨੂੰ ਕਬੱਡੀ ਖਿਡਾਰੀਆਂ ਦੀ ਜ਼ਿੰਦਗੀ ਸਮਝਾਈ ਹੈ। ਅਸੀਂ ਬਾਈ ਉਹਨਾਂ ਦਾ ਨੰਬਰ ਇਸ ਸਟੋਰੀ ਦੇ ਵਿੱਚ ਡਿਸਪਲੇ ਕਰ ਦੇਵਾਂਗੇ, ਜਿਹੜਾ ਵੀ ਕੋਈ ਕਬੱਡੀ ਪ੍ਰੇਮੀ ਜਾਂ ਪੰਜਾਬੀ ਵੀਰ ਜਾਂ NRI ਵੀਰ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤਾਂ ਉਹ ਇਹਨਾਂ ਨਾਲ ਸਿੱਧਾ ਸੰਪਰਕ ਕਰਕੇ ਕਰ ਸਕਦਾ। ਇਸ ਤੋਂ ਵੱਡੀ ਸੇਵਾ ਮੇਰੇ ਖਿਆਲ 'ਚ ਕਬੱਡੀ ਦੀ ਹੋਰ ਕੋਈ ਨਹੀਂ ਹੋ ਸਕਦਾ।